ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹਾਂਜੀ ਦੋਸਤੋ ਪੰਜਾਬ 'ਚ ਕਿਸ ਜਗ੍ਹਾ ਤੇ ਸਕੂਲ ਖੁੱਲਣਗੇ ਤੇ ਕਿਸ ਤੇ ਨਹੀਂ ਖੁੱਲਣਗੇ ਵੀਡੀਓ ਵਿੱਚ ਅੱਗੇ ਤੁਹਾਨੂੰ ਦੱਸਾਂਗੇ ਤੇ ਹੋਰ ਨਾਲ ਹੀ ਜਿਹੜੀਆਂ ਨਵੀਆਂ ਗਾਈਡਲਾਈਨਸ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹ ਵੀ ਵੀਡੀਓ ਵਿੱਚ ਦੱਸਾਂਗੇ ਤੇ ਜਿਨ੍ਹਾਂ ਨੇ ਕੋਵਿਡ-19 ਦੀ ਜਿਹੜੀ ਵੈਕਸੀਨ ਨਹੀਂ ਲਗਵਾਈ ਹੈ ਉਹ ਵੀ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਸੈਕੰਡ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਸ ਚੈਨਲ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਉਸ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣਾ ਤਾਂ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਚੰਡੀਗੜ੍ਹ ਘਟਦੇ ਕਰੋਨਾ ਕੇਸਾਂ ਦਰਮਿਆਨ ਇੱਕ ਫਰਬੀ ਤੋਂ 10ਵੀਂ ਤੋਂ 12ਵੀਂ ਕਲਾਸਾਂ ਲਈ ਖੁੱਲਣਗੇ ਸਕੂਲ ਕਰੋਨਾ ਦੇ ਮਾਮਲੇ ਵਿੱਚ ਗ੍ਰੈਵਿਟੀ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 10ਵੀਂ ਤੋਂ 12ਵੀਂ ਜਮਾਤਾਂ ਲਈ ਸਾਰੇ ਸਕੂਲ 1 ਫਰਵਰੀ ਤੋਂ ਆਫਲਾਈਨ ਮੋਡ ਵਿੱਚ ਖੋਲਣਗੇ ਇਸ ਦੇ ਨਾਲ ਹੀ ਬੱਚੇ ਆਨਲਾਈਨ ਕਲਾਸਾਂ ਵੀ ਲਗਾ ਸਕਣਗੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਕੂਲ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੂਲ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਕੋਵਿਡ-19 ਦੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 18 ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਅਧਿਕਾਰੀਆਂ ਤੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਟੀਕਾ ਕਰਨਾ ਕੀਤਾ ਹੋਣਾ ਚਾਹੀਦਾ ਹੈ ਹਾਲਾਂਕਿ ਇਸ ਸਬੰਧ ਵਿੱਚ ਵਿਸਤ੍ਰਿਤ ਆਦੇਸ਼ ਸਕਤਰ ਸਿੱਖਿਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਕਰੇ ਤੌਰ ਤੇ ਜਾਰੀ ਕੀਤਾ ਜਾਵੇਗਾ ਕੋਚਿੰਗ ਸੰਸਥਾਵਾਂ ਨੂੰ 250 ਫੀਸਦੀ ਸਮਰੱਥਾ ਤੇ ਖੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ ਨੋਟੀਫਿਕੇਸ਼ਨ ਮੁਤਾਬਕ 15 ਤੋਂ 18 ਸਾਲ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾ ਕਰਨ ਦੀ ਘੱਟੋ-ਘੱਟ ਇੱਕ ਖਰਾਕ ਲੱਗੀ ਹੋਣੀ ਚਾਹੀਦੀ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਦੋਵੇਂ ਖਰਾਕਾਂ ਲੈਣੀਆਂ ਲਾਜ਼ਮੀ ਹਨ। ਚੰਡੀਗੜ੍ਹ ਸਰਕਾਰ ਨੇ 1 ਫਰਵਰੀ 2022 ਤੋਂ ਲਾਗੂ ਹੋਣ ਵਾਲੀਆਂ ਕੁਝ ਹੋਰ ਛੋਟਾਂ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਵਿੱਚ 50% ਸਮਰੱਥਾ ਦੇ ਨਾਲ ਰਾਤ ਦੇ 10 ਵਜੇ ਤੱਕ ਜਿਮ ਖੁੱਲ੍ਹ ਸਕਣਗੇ। ਬਾਜ਼ਾਰ ਰਾਤ 10 ਵਜੇ ਤੱਕ ਖੁੱਲ੍ਹਾ ਰਹਿ ਸਕਦੇ ਹਨ। ਤਾਂ ਬੱਚੋ ਪੜਾਈ ਵਿੱਚ ਡਾਊਟਸ ਆते हैं, ਸੋਲਵ ਨਹੀਂ ਹੋ پا ਰਹੇ, ਘਬਰਾਓ ਮਤ। ਇਸਕਾ ਸੋਲੂਸ਼ਨ ਹੈ ਡਾਊਟਨਟ ਐਪ, ਜਿਸ ਵੀ ਸਵਾਲ ਮੇਂ ਆਪਕਾ ਡਾਊਟ ਹੈ, ਉਸਕੀ ਫੋਟੋ ਖਿਚੋ, ਕ੍ਰੋਪ ਕਰੋ। और सेकंड के अंदर अंदर आपको उसका वीडियो मिल जाएगा वो सीबीएसई यूपी भी, भी। बिहार राजस्थान अदर स्टेट बोर्ड का हो कोई भी सब्जेक्ट हो फिजिक्स केमिस्ट्री मैथ्स बायोलॉजी साइंस आपके सभी सवालों के जवाब मिलेंगे डॉटनेट ऐप पर साथ ही डॉटनेट पर चल रही है क्लास नाइन्थ से 12थ आईआईटी जैन नीड्स के बच्चों की ऑनलाइन क्लासेस जिसका हिस्सा बनकर सभी राज्यों के बच्चे लेकर आए रैंक वन तो आज ही डाउट नेट ऐप डाउनलोड करें अपने सभी डाउट भगाओ और टॉप रैंक पर आओ ता हां जी दोस्तों चंडीगढ़ ਦੇ ਵਿੱਚ ਜਿਹੜੇ ਸਕੂਲ ਨੇ ਉਹ ਖੋਲ ਦਿੱਤੇ ਗਏ ਨੇ 10ਵੀਂ ਤੋਂ 12ਵੀਂ ਜਮਾਤ ਦੇ ਲਈ ਤੇ ਅੱਗੇ ਆਪਾਂ ਦੇਖਦੇ ਹਾਂ ਕਿ ਪੰਜਾਬ ਵਿੱਚ ਸਕੂਲਾਂ ਨੂੰ ਖੋਲਿਆ ਜਾਵੇਗਾ ਜਾਂ ਨਹੀਂ ਜੇਕਰ ਨਹੀਂ ਖੋਲਿਆ ਜਾਵੇਗਾ ਤਾਂ ਕਦੋਂ ਤੱਕ ਸਕੂਲ ਓਪਨ ਹੋ ਸਕਦੇ ਹਨ ਪੰਜਾਬ ਚ ਲਾਗੂ ਕੋਵਿਡ ਪਾਬੰਦੀਆਂ ਅਗਲੇ ਹੁਕਮਾਂ ਤੱਕ ਰਹਿਣਗੀਆਂ ਜਾਰੀ ਪੰਜਾਬ ਸਰਕਾਰ ਵੱਲੋਂ ਕਰੋਨਾ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਅਗਲੇ ਹੁਕਮਾਂ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ ਦੱਸ ਦਈਏ ਕਿ ਪਹਿਲਾਂ ਕਰੋਨਾ ਸੰਬੰਧੀ ਹਦਾਇਤਾਂ 1 ਫਰਵਰੀ ਤੱਕ ਜਾਰੀ ਰਹਿਣ ਦੇ ਆਦੇਸ਼ ਸਨ ਕਰੋਨਾ ਗਾਈਡਲਾਈਨਜ਼ ਮੁਤਾਬਿਕ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਤੱਕ ਜਾਰੀ ਰਹੇਗਾ ਇਸੇ ਤਰ੍ਹਾਂ ਸਕੂਲ ਕਾਲਜ ਯੂਨੀਵਰਸਿਟੀਆਂ ਕੋਚਿੰਗ ਸੈਂਟਰ ਬੰਦ ਰਹਿਣਗੇ ਤੇ ਸਿੱਖਿਆ ਆਨਲਾਈਨ ਕਲਾਸਾਂ ਦੁਆਰਾ ਦਿੱਤੀ ਜਾ ਸਕੇਗੀ 300 ਤੋਂ ਵੱਧ ਵਿਅਕਤੀ ਤੇ ਇਕੱਠ ਉੱਤੇ ਪਾਬੰਦੀ ਲਾਗੂ ਰਹੇਗੀ ਅਤੇ ਜੇਕਰ ਸਥਾਨ ਛੋਟਾ ਹੈ ਤਾਂ ਉਹ 50% ਸਮਰੱਥਾ ਤੋਂ ਵੱਧ ਭਰਿਆ ਨਹੀਂ ਹੋਣਾ ਚਾਹੀਦਾ ਵਿਅਕਤੀ ਤੋਂ ਵਿਅਕਤੀ ਦੀ ਦੂਰੀ 6 ਫੁੱਟ ਬਰਕਰਾਰ ਰਹੇਗੀ ਅਤੇ ਬਿਨਾ ਮਾਸਕ ਜਨਤਕ ਸਥਾਨਾਂ ਉੱਤੇ ਜਾਣਾ ਵਰਜਿਤ ਰਹੇਗਾ ਜੇਕਰ ਕੋਈ ਵਿਅਕਤੀ ਬਿਨਾ ਮਾਸਕ ਤੋਂ ਸਰਕਾਰੀ ਦਫ਼ਤਰਾਂ ਵਿੱਚ ਜਾਂਦਾ ਹੈ ਤਾ ਉਸ ਨੂੰ ਸੇਵਾ ਤੋਂ 19 ਦਿਨ ਨਾ ਕੀਤੀ ਜਾਵੇ ਜਦੋਂ ਤੱਕ ਉਹ 마ਸਕ ਨਹੀਂ ਪਾਉਂਦਾ ਇਸੇ ਤਰ੍ਹਾਂ ਬਾਹਰ cinema hall multiplex mall restaurant spa gym ਖੇਡ ਕੰਪਲੈਕਸ ਮਿਊਜ਼ੀਅਮ ਚਿੜੀਆਕਰ 50% ਸਮਰਥਾ ਨਾਲ ਖੋਲੇ ਜਾ ਸਕਦੇ ਹਨ ਪਰ ਉੱਥੋਂ ਦੇ ਸਟਾਫ ਨੂੰ ਕਰੋਨਾ ਦਾ ਟੀਕਾ ਕਰਨਾ ਹੋਇਆ ਹੋਣਾ ਜ਼ਰੂਰੀ ਹੈ ਤਾਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਅਪਡੇਟ ਕਿ ਚੰਡੀਗੜ੍ਹ ਦੇ ਵਿੱਚ ਸਕੂਲ ਜਿਹੜੇ ਨੇ ਓਪਨ ਕਰ ਦਿੱਤੇ ਗਏ ਨੇ 10ਵੀਂ ਤੋਂ 12ਵੀਂ ਜਮਾਤ ਦੇ ਲਈ ਪਰੰਤੂ ਜਿਹੜੇ ਪੰਜਾਬ ਵਿੱਚ ਸਕੂਲ ਅਜੇ ਤੱਕ ਓਪਨ ਨਹੀਂ ਕੀਤੇ ਗਏ ਅਗਲੇ ਹੁਕਮਾਂ ਤੱਕ ਆਪਣ ਨੂੰ ਵੇਟ ਕਰਨੀ ਪਊਗੀ ਅਗਲੇ ਹੁਕਮਾਂ ਵਿੱਚ ਸਕੂਲਾਂ ਨੂੰ ਓਪਨ ਕੀਤਾ ਜਾ ਸਕਦਾ ਤਾਂ ਹਾਂਜੀ ਦੋਸਤੋ ਧੰਨਵਾਦ ਆਦੀ ਵੀਡੀਓ ਵਿੱਚ ਚੈਨਾਂ ਹੀ ਮਿਲਦੇ ਆ ਕਿਸੇ ਹੋਰ ਵੀਡੀਓ